ਪਹਿਲਾਂ ਤਾਂ ਮੈਂ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਅਤੇ ਦਾਸ ਨੂੰ ਅੱਜ ਐਮ ਪੀ ਦੀ ਟਿਕਟ ਮਿਲੀ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ 'ਤੇ ਵਿਸ਼ਵਾਸ ਕੀਤਾ ਅਤੇ ਪਰਮਾਤਮਾ ਕਿਰਪਾ ਕਰੇ ਲੋਕਾਂ ਦੇ ਵਿੱਚ ਰਹੇ ਹਾਂ 2 ਸਾਲ ਲੋਕਾਂ ਦੇ ਕੰਮ ਕੀਤੇ ਆ। ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲਾਂ ਦੇ ਵਿੱਚ ਬੜੇ ਵੱਡੇ ਵੱਡੇ ਕੰਮ ਕੀਤੇ ਆ, ਲੋਕ ਫਤਵਾ ਦੇਣਗੇ, ਵੱਡੀ ਲੀਡਰਾਂ ਜਿਤਾਉਣਗੇ ਅਤੇ ਅੱਜ ਜਿੰਨੇ ਵੀ ਸਾਡੇ ਸਾਥੀ ਆਏ ਆਮ ਆਦਮੀ ਪਾਰਟੀ ਦੇ ਸਾਡੇ ਆਗੂ ਸਾਹਿਬਾਨ, ਵਰਕਰ ਸਾਹਿਬਾਨ, ਸਾਡੇ MLA ਸਾਹਿਬ, ਸਾਡੇ ਮੰਤਰੀ ਸਾਹਿਬ, ਚੇਅਰਮੈਨ ਸਾਹਿਬ, ਜਿੰਨੇ ਵੀ ਆਗੂ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਇੱਕ ਸਾਥੀ ਦਾ ਚੱਲ ਕੇ ਆਏ ਇੱਕ ਇੱਕ ਕਦਮ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਦਾਸ ਲਈ ਇੱਕ ਇੱਕ ਸਾਥੀ ਨੂੰ ਜਾਂ ਗੱਡੀਆਂ 'ਤੇ ਆਏ ਜਾਂ ਮੋਟਰਸਾਈਕਲਾਂ 'ਤੇ ਆਏ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਜਿਹੜਾ ਇੱਕ ਨਿੱਕਾ ਜਿਹਾ ਮੈਸੇਜ ਲਾਇਆ, ਨਿੱਕੇ ਜਿਹੇ ਮੈਸੇਜ 'ਤੇ ਵੱਡਾ ਹਜੂਮ, ਵੱਡਾ ਕਾਫਲਾ ਅੱਜ ਆਇਆ, ਇਹ ਇਸੇ ਗੱਲ ਦਾ ਪ੍ਰਤੀਕ ਆ। ਇਹ ਗੱਲ ਨੂੰ ਦੱਸਦਾ ਕਿ ਵੱਡੀ ਲੀਡਰਾਂ ਲੋਕ ਆਮ ਆਦਮੀ ਪਾਰਟੀ ਨੂੰ, ਲੋਕ ਸਭਾ ਖਡੂਰ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਅਤੇ ਅਸੀਂ ਸਾਰੇ ਰਲ ਮਿਲ ਕੇ ਸਾਰੇ ਸਾਥੀ ਅਤੇ ਦਾਸ ਲਾਲਜੀਤ ਭੁੱਲਰ ਲੋਕਾਂ ਦੀ ਸੇਵਾ ਕਰਾਂਗੇ, ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਦੇ ਵਿੱਚ ਰਵਾਂਗੇ, ਲੋਕਾਂ ਲਈ ਕੰਮ ਕਰਾਂਗੇ। ਅੱਜ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜੇ ਨੇ ਸ਼ੁੱਕਰਵਾਰ ਨੂੰ ਕਾਗਜ਼ ਦਾਖਲ ਕਰਾਏ ਗਏ ਨੇ, ਔਰ ਕਿਸ ਤਰੀਕੇ ਨਾਲ ਦੇ ਰਹੇ ਕੁਲਵੀਰ ਜੀਰਾ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ, ਵਿਰਸਾ ਸਿੰਘ ਬਟੋਆ ਨੇ, ਭੁੱਲਰ ਸਾਹਿਬ ਉਸਨੂੰ ਕਿਸ ਤਰੀਕੇ ਨਾਲ ਦੇਖ ਰਹੇ? ਦੇਖੋ, ਹਰੇਕ ਬੰਦਾ ਜਿਹੜਾ ਚੋਣ ਲੜ ਸਕਦਾ, ਲੋਕਤੰਤਰ ਆ, ਭਾਵੇਂ ਕੋਈ ਸਾਬਕਾ ਅਧਿਕਾਰੀ ਆ ਜਾਂ ਕੋਈ ਪਲੇਅਰ ਆ ਜਾਂ ਪੋਲੀਟੀਸ਼ਨ ਹੈ ਜਾਂ ਆਮ ਬੰਦਾ ਆ, ਹਰੇਕ ਨੂੰ ਹੱਕ ਆ। ਇਹਦੇ ਲੋਕਾਂ ਨੇ ਵੇਖਣਾ ਕਿਹਨੂੰ ਫਤਵਾ ਦੇਣਾ, ਕਿੰਨੇ ਕੰਮ ਕੀਤੇ ਆ। 2 ਸਾਲ ਦੇ ਵਿੱਚ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਬਿਜਲੀ ਦੇ ਬਿੱਲ 0 ਲੈ ਕੇ ਆਉਂਦੇ ਆ, ਪ੍ਰਾਈਵੇਟ ਪ੍ਰਾਪਰਟੀਆਂ ਖਰੀਦ ਕੇ ਸਰਕਾਰੀ ਕੀਤੀਆਂ ਆ, ਪਿਛਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀਆਂ ਵੇਖ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਸੀ ਜਿਹੜੇ ਲੀਡਰ ਹੁੰਦੇ ਸੀ, ਉਹਨਾਂ ਦੇ ਘਰ ਭਰਦੇ ਸੀ, ਗੱਡੀਆਂ ਵੱਡੀਆਂ ਜ਼ਿਆਦਾ ਤਾਂ ਵੱਡੀਆਂ ਪਾਉਂਦੀਆਂ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪ੍ਰਾਈਵੇਟ ਜਿਹੜੀਆਂ ਪ੍ਰਾਪਰਟੀਆਂ ਉਹ ਸਰਕਾਰ ਲੈ ਰਹੀ ਆ, ਸਰਕਾਰ ਦੀਆਂ ਪ੍ਰਾਪਰਟੀਆਂ ਵੱਧ ਰਹੀਆਂ। ਬਾਕੀ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਆਪਦੀ ਪਾਰਟੀ ਦੇ ਏਜੰਡੇ ਦੱਸਣੇ ਆ, ਆਮ ਆਦਮੀ ਪਾਰਟੀ ਨੇ ਆਪਦੀ ਪਾਰਟੀ ਦਾ ਕੰਮ ਦੱਸ ਕੇ ਵੋਟਾਂ ਲੈਣੀਆਂ। ਇਹ ਲੋਕਾਂ ਨੇ ਵੇਖਣਾ ਵੀ 2 ਸਾਲ ਕੰਮ ਕਿੰਨੇ ਕੀਤੇ ਆ ਅਤੇ ਗਾਂਹ ਜੇ 3 ਸਾਲ ਸਰਕਾਰ ਪਈ ਆ, ਜੇ ਕਿਸੇ ਦਾ ਕੋਈ ਰਸਤਾ ਬਣਨ ਵਾਲਾ ਜਾਂ ਕਿਸੇ ਦਾ ਕੋਈ ਘਰ ਬਣਨ ਵਾਲਾ ਗਰੀਬ ਦਾ, ਲੋੜਵੰਦ ਦਾ, ਜਾਂ ਕੋਈ ਸਾਂਝਾ ਕੰਮ ਹੈ ਪਿੰਡ ਦਾ, ਗਰਾਊਂਡਾਂ ਬਣਨ ਵਾਲੀਆਂ, ਕੋਈ ਹੋਰ ਨਿੱਜੀ ਕੰਮ ਹੈ ਕਿਸੇ ਦਾ, ਲੋਕਾਂ ਨੂੰ ਪਤਾ ਵੀ ਜਿਹਦੀ ਸਰਕਾਰ ਉਹਨੇ ਕੰਮ ਕਰਨੇ ਆ। ਭੁੱਲਰ ਸਾਹਿਬ, ਇੱਕ ਜਿਹੜਾ ਕੁਲਵੀਰ ਸਿੰਘ ਜੀਰਾ ਨੇ ਉਹ ਵਾਰ ਵਾਰ ਨਸ਼ੇ ਦੀ ਗੱਲ ਕਰਦੇ ਨੇ, ਕਦੀ ਡੋਰ ਟੈਸਟ ਦੀ ਗੱਲ ਕਰਦੇ ਨੇ, ਤੁਹਾਡੇ 'ਤੇ ਜਿਹੜੇ ਨੇ ਆਰੋਪ ਲਗਾਉਂਦੇ ਨੇ ਕਿ ਤੁਸੀਂ ਜਿਹੜਾ ਡਰੱਗ ਲੈਂਦੇ ਹੋ, ਉਸ ਨੂੰ ਕਿਸ ਤਰੀਕੇ ਨਾਲ ਦੇਖੋ? ਪਹਿਲਾਂ ਤਾਂ ਇਹ ਕੋਈ ਉਹ ਬੰਦਾ ਲੈ ਕੇ ਆਵੇ ਜਿਹਨੇ ਕਿਸੇ ਨੇ ਮੈਨੂੰ ਕੋਈ ਡਰੱਗ ਲੈਂਦਿਆਂ ਵੇਖਿਆ ਜਾਂ ਇਹ ਮੈਨੂੰ ਕੋਈ ਡਰੱਗ ਦੇ ਕੇ ਜਾਂਦਾ ਆ। ਦੇਖੋ, ਇਹ ਤਾਂ ਸਿਰਫ ਡਰਦੇ ਆ ਇਹ ਲੋਕ, ਜਦੋਂ ਕੋਈ ਹਰਦਾ ਹੁੰਦਾ ਨਾ ਡਰਦਾ, ਉਦੋਂ ਇਹੋ ਜਿਹੇ ਇਲਜ਼ਾਮ ਲਾਉਂਦਾ। ਇਹ ਆਪਦੀ ਪਾਰਟੀ ਦੇ ਏਜੰਡੇ ਦੱਸਣ, ਪਿਆ ਏਜੰਡਾ ਆ ਨਾ ਲਾਲਜੀਤ ਭੁੱਲਰ ਨੂੰ ਨਸ਼ਾ ਆ, ਲੋਕਾਂ ਦਾ ਨਸ਼ਾ, ਸਾਨੂੰ ਲੋਕਾਂ ਦੇ ਕੰਮ ਕਰਨ ਦਾ ਨਸ਼ਾ। ਲਾਲਜੀਤ ਭੁੱਲਰ ਸਵੇਰੇ 6 ਵਜੇ ਦਫ਼ਤਰ ਬਹਿ ਜਾਂਦਾ, 6 ਵਜੇ ਤੁਸੀਂ ਮੇਰੇ ਪੱਟੀ ਹਲਕੇ 'ਚੋਂ ਪੁੱਛ ਸਕਦੇ ਜੇ ਲੋਕਾਂ ਤੋਂ, 6 ਵਜੇ ਤੋਂ ਲੈ ਕੇ 9 ਸਾਢੇ 9 ਵਜੇ ਤੱਕ ਮੈਂ ਦਿਨੇ ਦਫ਼ਤਰ ਪਹਿਲਾਂ ਮੁੜ ਕੇ ਤਿਆਰ ਹੋ ਕੇ ਹਲਕੇ 'ਚ ਨਿਕਲ ਜਾਈਦਾ, ਹਲਕੇ 'ਚੋਂ ਕੰਮ ਕਾਰ ਕਰਕੇ ਆ ਕੇ 6-7 ਵਜੇ ਜਦੋਂ ਵੀ ਮੈਂ ਦਫ਼ਤਰ 'ਚ ਆਵਾਂ, ਆਉਂਦਿਆਂ ਨੂੰ 200-400 ਭੈਣ ਭਰਾ ਬੈਠੇ ਹੁੰਦੇ ਆ, ਕਈ ਵਾਰ ਤਾਂ ਰਾਤ ਨੂੰ 10-11 ਵਜੇ ਮੈਂ ਵਿਹਲਾ ਹੋਜਾਂ, ਕਈ ਵਾਰ ਰਾਤ ਦੇ 2-2 ਵੱਜਦੇ ਆ ਅਤੇ ਜਿਹੜੇ ਉਹ ਭੈਣ ਭਰਾ ਆਉਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਦਾ, ਮੈਂ ਕੋਈ ਨਸ਼ਾ ਕਰਦਾ। ਲਿਆਓ ਕੋਈ ਬੰਦਾ ਜਿਹਦੇ ਸਾਹਮਣੇ ਮੈਂ ਕੋਈ ਨਸ਼ਾ ਕੀਤਾ ਜਾਂ ਕਿਸੇ ਬੰਦੇ ਤੋਂ ਮੈਂ ਨਸ਼ਾ ਲਿਆ, ਨਸ਼ਾ ਇਹ ਤਾਂ ਹੈਗਾ ਨਹੀਂ ਕਿ ਮੈਂ ਕੋਈ ਨਿਕਾ ਜਿਹਾ ਜਵਾਕ ਆ ਜਾਂ ਮੈਂ ਕੋਈ ਚੰਡੀਗੜ੍ਹ ਪੜ੍ਹਦਾ ਰਿਹਾ, ਪਟਿਆਲੇ ਪੜ੍ਹਦਾ ਰਿਹਾ, ਇੱਥੇ ਪੱਟੀ ਜੰਮਿਆਂ, ਪੱਟੀ ਪਲਿਆਂ, ਪੱਟੀ ਪੜ੍ਹਿਆ, ਪੱਟੀ ਮੈਂ ਹੜ੍ਹਦਾ ਕਾਰੋਬਾਰ ਕਰਦਾ ਰਿਹਾ,
ਪੱਟੀ ਮੇਰੇ ਸੱਜਣ ਮਿੱਤਰ ਨੇ, ਕੋਈ ਇੱਕ ਵੀ ਬੰਦਾ ਲੈ ਕੇ ਆ ਉਹ ਵੀ ਜਿਹੜੇ ਬੰਦੇ ਨੇ ਕਿਸੇ ਨੇ ਮੈਨੂੰ ਕੋਈ ਨਸ਼ਾ ਦਿੱਤਾ ਜਾਂ ਕਿਸੇ ਬੰਦੇ ਨਾਲ ਮੈਂ ਕੋਈ ਨਸ਼ਾ ਕਰਦਾ ਰਿਹਾ। ਜਦੋਂ ਬੰਦਾ ਹਰਦਾ ਨਾ ਉਦੋਂ ਇਹੋ ਜਿਹੇ ਝੂਠੇ ਸੱਚੇ ਇਲਜ਼ਾਮ ਲਾਉਂਦਾ ਹੀ ਲਾਉਂਦਾ। ਇਹ ਲੋਕ ਹਰ ਰਹੇ ਨੇ ਅਤੇ ਝੂਠੇ ਇਲਜ਼ਾਮ ਲਾ ਰਹੇ ਆ। ਇਹਨਾਂ ਵਾਂਗੂ ਮੈਂ ਰੇਤ ਤਾਂ ਨਹੀਂ ਵੇਚੀ,